ਅਸੀਂ ਦੇਖਿਆ ਕਿ ਸਾਡੀ ਗੱਡੀ ਅਗਲਾ ਪਾਸਾ ਦੋਵੇਂ ਟਾਇਰ ਅਤੇ ਇੰਜਨ ਵਾਲੀ ਸਾਈਡ ਤੋਂ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਸੀ, ਤਾਂ ਅਸੀਂ ਪਾਣੀ ਪੂਣੀ ਪਾਇਆ ਤਾਂ ਉਹ ਸਾਡੇ ਵੱਸ ਦਾ ਨਹੀਂ ਸੀ। ਇਹ ਸਾਨੂੰ ਐਂ ਲੱਗਦਾ ਕਿ ਜਾਂ ਤਾਂ ਸ਼ੋਰਟ ਸਰਕਟ ਨਾਲ ਜਾਂ ਕਿਸੇ ਸ਼ਰਾਰਤੀ ਅਨਸਰ ਨਾਲ ਇਹ ਕੰਮ। ਕੈਮਰੇ ਲੱਗੇ ਹੋਏ ਆ ਜੀ, ਪਰ ਸਭ ਦੇ ਆਪਣੇ ਆਪਣੇ ਕੈਮਰੇ ਦੂਰ ਦੂਰ ਲੱਗੇ ਹੋਏ ਨੇ, ਗੱਡੀ ਦੇ ਨਜ਼ਦੀਕ ਕੋਈ ਕੈਮਰਾ ਨਹੀਂ। ਖਬਰ ਸੰਗਰੂਰ ਦੇ ਸੁਨਾਮੀ ਗੇਟ ਇਲਾਕੇ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਅੱਧੀ ਰਾਤ ਨੂੰ ਬਾਹਰ ਗਲੀ 'ਚ ਖੜੀ ਸਕਾਰਪੀਓ ਗੱਡੀ ਨੂੰ ਅੱਗ ਲੱਗ ਗਈ। ਪਰ ਜਦੋਂ ਗੱਡੀ ਨੂੰ ਅੱਗ ਲੱਗੀ ਤਾਂ ਉਸਦਾ ਮਾਲਕ ਘਰ 'ਚ ਸੀ ਅਤੇ ਗੱਡੀ ਗਲੀ 'ਚ ਖੜੀ ਸੀ। ਜਿਵੇਂ ਹੀ ਗੱਡੀ ਨੂੰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਨਜ਼ਦੀਕੀ ਲੋਕਾਂ ਨੂੰ ਪਤਾ ਲੱਗਿਆ ਤਾਂ ਕਾਰ ਮਾਲਕ ਦੇ ਇਲਾਵਾ ਗੁਆਂਢ 'ਚ ਰਹਿੰਦੇ ਲੋਕ ਬਾਹਰ ਆਏ। ਅੱਗ ਇੰਨੀ ਜ਼ਿਆਦਾ ਬੇਕਾਬੂ ਹੋ ਗਈ ਕਿ ਉਸ ਨੂੰ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ। ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਅਤੇ ਅੱਗ ਨੂੰ ਬੁਝਾਉਣਾ ਸ਼ੁਰੂ ਕਰ ਦਿੱਤਾ। ਜਾਣਕਾਰੀ ਦਿੰਦਿਆਂ ਗੱਡੀ ਮਾਲਕ ਨੇ ਦੱਸਿਆ ਕਿ ਸਾਡੇ ਵੱਲੋਂ ਰੋਜ਼ ਵਾਂਗੂ ਗੱਡੀ ਨੂੰ ਸਹੀ ਸਲਾਮਤ ਲਿਆ ਕੇ ਖੜਾਇਆ ਗਿਆ ਸੀ, ਕਿਸੇ ਕਾਰਨ ਗੱਡੀ ਨੂੰ ਅੱਗ ਲੱਗ ਗਈ ਹੈ। ਫਿਲਹਾਲ ਅੱਗ ਲੱਗਣ ਦਾ ਕੋਈ ਕਾਰਨ ਨਹੀਂ ਪਤਾ ਲੱਗਿਆ। ਮੇਰਾ ਨਾਮ ਰਵੀ ਕੁਮਾਰ ਅਰੋੜਾ ਜੀ। ਭਾਜੀ ਕੱਲ੍ਹ ਰਾਤ ਤੁਹਾਡੀ ਸਕੋਰਪੀਓ ਗੱਡੀ ਨੂੰ ਅੱਗ ਲੱਗੀ, ਕੀ ਕਾਰਨ? ਭਾਜੀ ਅਸੀਂ ਤਾਂ ਆਪਣਾ ਘਰੇ ਸੀਗੇ ਅਤੇ ਸਾਨੂੰ ਅਚਾਨਕ ਗਵਾਂਢੀਆਂ ਨੇ ਕਿਹਾ ਕਿ ਭਾਜੀ ਆਓ, ਤੁਹਾਡੇ ਨਾ ਗੱਡੀ ਨੂੰ ਅੱਗ ਲੱਗੀ ਹੋਈ ਹੈ। ਅਸੀਂ ਦੇਖਿਆ ਕਿ ਸਾਡੀ ਗੱਡੀ ਅਗਲਾ ਪਾਸਾ ਦੋਵੇਂ ਟਾਇਰ ਅਤੇ ਇੰਜਨ ਵਾਲੀ ਸਾਈਡ ਤੋਂ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਸੀ, ਤਾਂ ਅਸੀਂ ਪਾਣੀ ਪੂਣੀ ਪਾਇਆ ਤਾਂ ਉਹ ਸਾਡੇ ਵੱਸ ਦਾ ਨਹੀਂ ਸੀ। ਅਸੀਂ ਫਿਰ ਫਾਇਰ ਬ੍ਰਿਗੇਡ ਨੂੰ ਕਾਲ ਕਰੀ, ਫਾਇਰ ਬ੍ਰਿਗੇਡ ਨੇ ਆ ਕੇ ਅੱਗ ਬੁਝਾਈ ਅਤੇ ਫਿਰ ਪੁਲਿਸ ਨੂੰ ਇਤਲਾਹ ਕਰਿਆ, ਉਹਨਾਂ ਨੇ ਆ ਕੇ ਆਪਣਾ ਰਿਪੋਰਟ ਬਣਾਈ। ਅਤੇ ਇਹ ਸਾਨੂੰ ਐਂ ਲੱਗਦਾ ਕਿ ਜਾਂ ਤਾਂ ਸ਼ੋਰਟ ਸਰਕਟ ਨਾਲ ਜਾਂ ਕਿਸੇ ਸ਼ਰਾਰਤੀ ਅਨਸਰ ਨਾਲ ਇਹ ਕੰਮ। ਕੈਮਰੇ ਲੱਗੇ ਹੋਏ ਆ ਜੀ, ਪਰ ਸਭ ਦੇ ਆਪਣੇ ਆਪਣੇ ਕੈਮਰੇ ਦੂਰ ਦੂਰ ਲੱਗੇ ਹੋਏ ਨੇ, ਗੱਡੀ ਦੇ ਨਜ਼ਦੀਕ ਕੋਈ ਕੈਮਰਾ ਨਹੀਂ ਲੱਗਿਆ। ਫਿਲਹਾਲ ਮਾਲਕ ਵੱਲੋਂ ਗੱਡੀ ਨੂੰ ਅੱਗ ਲੱਗਣ ਦੀ ਸਾਰੀ ਘਟਨਾ ਪੁਲਿਸ ਨੂੰ ਦੱਸੀ ਗਈ ਅਤੇ ਪੁਲਿਸ ਨੇ ਵੀ ਮਾਲਕ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਅਤੇ ਪੁਲਿਸ ਪਤਾ ਲਗਾ ਰਹੀ ਹੈ ਕਿ ਗੱਡੀ ਨੂੰ ਅੱਗ ਲੱਗੀ ਕਿਵੇਂ ਹੈ ਜਾਂ ਫਿਰ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ। ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਨਿਲ ਜੈਨ ਦੀ ਰਿਪੋਰਟ।